29 जनवरी नू धूरी विधानसभा हलके तो आम आदमी पार्टी ने मैनू जिहड़ी जिम्मेदारी दित्ती सी अज मैं अपने कागज जिहड़े ने ओ फाइल कीते ने नॉमीनेशन फाइल कीता और इलेक्शन कमीशन दियां गाइडलाइंस मुताबक सब कुछ नीचे असी रीचेक करके जिहड़ा ओ कागज फाइल कीते ने धूरी दे लोकां नू मैं यही तुहाडे जरिए बेनती करूंगा कि जिवें पहला मैनू प्यार दिंदे रहे हो 14 च 19 च 17 च जितों भी किते सद्दा दित्ता तां दुगणे तिगणे जोश नाल जिहड़े ने धूरी दे लोक बाहर आए ने सो एक इनकलाबी जिहड़ी है हलका है धूरी बड़े बड़े शायरां दा शहीदां दा और बहुत प्राचीन सभ्यता दा जिहड़ा प्रतीक है धूरी कि एक इतिहास लिखण दा टाइम है धूरी लई 20 फरवरी मैनू उम्मीद है कि धूरी दे लोक जिहड़े ने ओह पंजाब दा सब तों वध मार्जन नाल जित्तिया जाण वाला हलका बनाउणगे धूरी नूं आम आदमी पार्टी नूं वोटां पा के ते जिहड़े बाकी उम्मीदवार ने उहनां नूं भी हक है प्रचार करन दा ਉਹ ਵੀ ਆਪਣਾ ਏਜੰਡਾ ਲੈ ਕੇ ਜਾਣ ਪਰ ਜੋ ਸਾਨੂੰ ਪਿਆਰ ਮਿਲ ਰਿਹਾ ਧੂਰੀ ਦੇ ਲੋਕਾਂ ਤੋਂ ਜਿਹੜਾ ਜਦੋਂ ਵੀ ਕਿਤੇ ਜਾਂਦੇ ਆ ਤਾਂ ਉਹ ਇਹੀ ਕਹਿੰਦੇ ਨੇ ਕਿ ਅਸੀਂ ਹੁਣ ਬਦਲਾਅ ਚਾਹੁੰਦੇ ਆ ਔਰ ਆਮ ਆਦਮੀ ਪਾਰਟੀ ਵੱਲੋਂ ਧੂਰੀ ਤੋਂ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਤਾਂ ਮੈਨੂੰ ਵੀ ਬਹੁਤ ਖੁਸ਼ੀ ਹੈ ਕਿ ਧੂਰੀ ਜਿਹੜਾ ਹਲਕਾ ਹੈ ਉਹ ਮੇਰੇ ਵਿਧਾਨ ਸਭਾ ਲੋਕ ਸਭਾ ਚ ਵੀ ਜਦੋਂ ਵੀ ਕਿਤੇ ਗਏ ਆ ਔਰ ਆਉਣ ਵਾਲੇ ਦਿਨਾਂ ਚ ਤੁਹਾਨੂੰ ਅਸੀਂ ਸਾਰਾ ਹਿਸਾਬ ਕਿਤਾਬ ਵੀ ਦੇ ਦਾਂਗੇ ਕਿ ਐਮ ਪੀ ਲੈਡ ਦੇ ਵਿੱਚੋਂ ਜਿੰਨੇ ਪੈਸੇ ਸੀ ਉਹ ਜੋ ਧੂਰੀ ਚ ਕਿੰਨੇ ਲੱਗੇ ਨੇ ਤੇ ਅਸੀਂ ਕੋਸ਼ਿਸ਼ ਇਹੀ ਕੀਤੀ ਹੈ ਕਿ ਕਿਸੇ ਹਲਕੇ ਨੂੰ ਅਸੀਂ ਕੋਈ ਦਰਿਆਤ ਨਾ ਹੋਵੇ ਕੋਈ ਮਤਲਬ ਇਹ ਨਾ ਹੋਵੇ ਕਿ ਕਿਸੇ ਨਾਲ ਕੋਈ ਪੱਖਪਾਤ ਹੋ ਜੇ ਸੋ ਧੂਰੀ ਦੇ ਲੋਕਾਂ ਵੱਲੋਂ ਮੈਨੂੰ ਬਹੁਤ ਵੱਡੇ ਪਿਆਰ ਦੀ ਉਮੀਦ ਹੈ ਆਉਂਗਾ ਆਉਂਦਾ ਜਾਂਦਾ ਵੀ ਰਹੂੰਗਾ ਸਾਡੀ ਲੀਡਰਸ਼ਿਪ ਇੱਥੇ ਰਹੂਗੀ ਤੇ ਜੋ ਵੀ ਆਉਣ ਵਾਲੇ ਦਿਨਾਂ ਚ ਪਾਰਟੀ ਵੱਲੋਂ ਜਿੱਥੇ ਵੀ ਡਿਊਟੀ ਲੱਗੂਗੀ ਮੈਂ ਕੇਜਰੀਵਾਲ ਜੀ ਨੇ ਅੱਜ ਮੁਝੇ ਸ਼ੁਭਇੱਛਾਏ ਦੀ ਸ਼ੁਭਕਾਮਨਾਏ ਦੀ ਆਸ਼ੀਰਵਾਦ ਦੀ ਹੈ ਮੇਰੇ ਬੜੇ ਭਾਈ ਹੈ ਔਰ ਉਹਨਾਂ ਨੇ ਕਿਹਾ ਕਿ ਪੰਜਾਬ ਕਾ ਇਤਿਹਾਸ ਲਿਖਣੇ ਜਾ ਰਹੇ ਹੋ ਔਰ ਅੱਜ ਨੋਮੀਨੇਸ਼ਨ ਫਾਈਲ ਕਰੋ ਆਪਕੋ ਸ਼ੁਭਕਾਮਨਾਏ ਔਰ ਭਗਵਾਨ ਕਰੇ ਜੋ ਤੁਹਾਰੇ ਸਪਨੋ ਕਾ ਪੰਜਾਬ ਹੈ ਵੋ ਪੰਜਾਬ ਜਲਦੀ ਬਣ ਕੇ ਤਿਆਰ ਮਾਨ ਸਾਹਿਬ ਵਿਰੋਧੀਓ ਕਾ ਕਹਿਣਾ ਹੈ ਕਿ ਆਪ ਸਾਥ ਗੱਲ ਕਰ ਰਹੇ ਹੋ ਕਿਸ ਤਰੀਕੇ ਸਾਥ ਸਾਲੋਂ ਮੈਂ ਦੋ ਵਾਰ ਪੰਜਾਬ ਪੂਰੀ ਮੇ ਆਏ ਹਾਂ ਹਾਂਜੀ ਹਲਕੇ ਦੀ ਸਮੱਸਿਆਵਾਂ ਕੀ ਨੇ ਮਾਨ ਸਾਹਿਬ ਸਮੱਸਿਆਵਾਂ ਤਾਂ ਉਹੀ ਧੂਰੀ ਦੀਆਂ ਨੇ ਜਿਹੜੀਆਂ ਸਾਰੇ ਪੰਜਾਬ ਦੀਆਂ ਨੇ ਕਰਪਸ਼ਨ ਹਾਂਜੀ ਬੇਰੁਜ਼ਗਾਰੀ ਗਰੀਬੀ ਮਹਿੰਗਾਈ ਠੀਕ ਹੈ ਨਾ ਮਾਫੀਆ ਰਾਜ ਸੋ ਧੂਰੀ ਦੇ ਲੋਕ ਜਿਹੜੇ ਨੇ ਮੈਂ ਹੈਰਾਨ ਇਸ ਗੱਲ ਤੋਂ ਕਿ 70 ਸਾਲ ਤੋਂ ਉੱਪਰ ਹੋ ਗਏ ਆਜ਼ਾਦ ਹੋਇਆਂ ਨੂੰ 74ਵਾਂ 75ਵਾਂ ਸਾਲ ਚੱਲ ਪਿਆ ਹਜੇ ਤੱਕ ਸੀਵਰੇਜਾਂ ਦੀ ਪ੍ਰੋਬਲਮ ਹਜੇ ਤੱਕ ਟੋਬਿਆਂ ਛੱਪੜਾਂ ਦੀ ਪ੍ਰੋਬਲਮ ਨਹੀਂ ਸਾਥੋਂ ਹੱਲ ਹੋਈ ਦੁਨੀਆ ਚੰਦ ਤੇ ਚੜ ਗਈ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਅਮਰੀਕਾ ਵਾਲੇ ਸਾਨੂੰ ਇੱਥੇ ਹੀ ਰੱਖਿਆ ਇਹਨਾਂ ਨੇ ਉਲਝਾ ਕੇ ਸ਼ਮਸ਼ਾਨ ਘਾਟ ਛੱਪੜ ਟੋਬਾ ਬਸ ਇੱਥੇ ਰੱਖਿਆ ਸੋ ਧੂਰੀ ਨੂੰ ਇੱਕ ਨਮੂਨੇ ਦਾ ਹਲਕਾ ਬਣਾਵਾਂਗੇ ਤਾਂ ਕਿ ਪੂਰੀ ਦੁਨੀਆ ਦੇਖਣ ਆਵੇ ਧੂਰੀ ਨੂੰ ਕਿ ਹਾਂ ਧੂਰੀ ਦੇ ਵਿੱਚ ਕੁਝ ਹੋਇਆ ਹਾਂਜੀ ਇਹ ਤਾਂ ਲੋਕ ਦੱਸਣਗੇ ਜੀ 20 ਫਰਵਰੀ ਨੂੰ ਬਾਕੀ 10 ਮਾਰ ਸਾਹਿਬ ਵਿਰੋਧੀਆਂ ਦਾ ਦਾਅਵਾ ਦੋਸ਼ ਹੈ ਵੀ ਕਿ 7 ਸਾਲਾਂ ਤੋਂ 2 ਵਾਰੀ ਧੂਰੀ ਆਏ ਹੋ ਮੈਂ ਧੂਰੀ ਚ ਰਹਿਣਾ ਜੀ ਇਹਦੀ ਗਿਣਤੀ ਕੌਣ ਕਰਦਾ ਜੀ ਮੈਂ ਰਹਿੰਦਾ ਹੀ ਧੂਰੀ ਚ ਠੀਕ ਹੈ ਨਾ ਮੈਂ ਧੂਰੀ ਦੇ ਪਿੰਡਾਂ ਚ ਜਾਂਦਾ ਰਹਿਣਾ ਠੀਕ ਹੈ ਨਾ ਔਰ ਧੂਰੀ ਦੇ ਇਲਾਕੇ ਦੇ ਲੋਕ ਮੈਨੂੰ ਮਿਲਦੇ ਰਹਿੰਦੇ ਨੇ ਸੋ ਇਹ ਜਿਹੜੇ ਆਰੋਪ ਲਾਉਂਦੇ ਨੇ ਉਹਨਾਂ ਨੂੰ ਕਹਿ ਦਿਓ ਕਿ ਤੁਹਾਡੀਆਂ ਜਿਹੜੀਆਂ ਲੋਕੇਟ ਟਾਈਲਾਂ ਵਾਲੀਆਂ ਫੈਕਟਰੀਆਂ ਨੇ ਤੇ ਜਿਹੜੇ ਵੱਡੇ ਵੱਡੇ ਘਰ ਨੇ ਘਰ ਦੇ ਮੂਹਰੇ ਜਿਹੜੇ ਪਲਾਟ ਦੱਬੇ ਨੇ ਤੇ ਇਹਨਾਂ ਦੇ ਸਾਖਤਾ ਹੋਣਗੇ ਜੋ ਪੰਜਾਬ ਕੇ ਇਸ਼ੂ ਹੈ ਉਹੀ ਧੂਰੀ ਕੇ ਇਸ਼ੂ ਹੈ ਕਰਪਸ਼ਨ ਬੇਰੁਜ਼ਗਾਰੀ ਮਹਿੰਗਾਈ ਗਰੀਬੀ ਔਰ ਖੇਤੀ ਜੋ ਹੈ ਉਹ ਵੀ ਲਾਹੇਬੰਦ ਧੰਦਾ ਬਣਾਉਣਾ ਫਾਇਦੇਮੰਦ ਧੰਦਾ ਬਣਾਉਣਾ ਮਜਬੂਰੀ ਕਾ ਧੰਦਾ ਨਹੀਂ ਰਿਹਾ ਔਰ ਧੂਰੀ ਮੇ ਵਪਾਰ ਜੋ ਹੈ ਉਸਕੋ ਬੜਾਵਾ ਦੇਣਾ ਹੈ ਫੈਕਟਰੀਜ਼ ਆਏਗੀ ਲੋਕੋ ਕੋ ਕਾਮ ਮਿਲੇਗਾ ਤੋ ਇੱਕ ਨਮੂਨੇ ਕਾ ਹਲਕਾ ਬਣਾਏਗੇ ਧੂਰੀ